ਤੁਸੀਂ ਘਰ ਬੈਠੇ ਹੀ ਹੁਣ ਸਾਰੀ ਸਰਵਿਸ ਦਾ ਆਨੰਦ ਮਾਣ ਸਕਦੇ ਹੋ। ਐਪਲੀਕੈਂਟ ਨੂੰ 1000 ਸ਼ਰਤਾਂ ਤੇ ਕਾਲ ਕਰਨੀ ਪਏਗੀ, ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣੀ ਪਏਗੀ। ਅਪਾਇੰਟਮੈਂਟ ਬੁੱਕ ਹੋਣ ਦੇ ਹੀ ਸਾਡੇ ਜਿਹੜੇ ਸੇਵਾ ਸਹਾਇਕ ਨੇ ਤੁਹਾਡੇ ਘਰ ਆਪਣੇ ਸਾਰਾ ਲੈਪਟੋਪ ਵਗੈਰਾ ਲੈ ਕੇ ਤੁਹਾਡੇ ਘਰ ਆ ਕੇ ਹੀ ਫਾਈਲ ਅਪਲਾਈ ਕਰਨਗੇ ਅਤੇ ਫਾਈਲ ਦਾ ਜਿਹੜਾ ਸਾਡਾ ਜਦੋਂ ਤੁਹਾਡੀ ਅਪਰੂਵ ਹੋ ਜਾਏਗੀ ਸਰਟੀਫਿਕੇਟ ਤੁਹਾਨੂੰ ਘਰ ਹੀ ਡਿਲੀਵਰ ਕੀਤੇ ਜਾਣਗੇ। ਇਹਦੇ ਵਿੱਚ ਇਹੀ ਹੈ ਸਰਕਾਰ ਦਾ ਜਿਹੜਾ ਮੇਨ ਮੁਆਇਨਾ ਸੀਗਾ ਕਿ ਤੁਸੀਂ ਜਦੋਂ ਅਵੇਲੇਬਲ ਹੁੰਦੇ ਹੋ ਕਿ ਤੁਸੀਂ ਅੱਜ ਕਹਿੰਦੇ ਹੋ ਕਿ ਹਾਂਜੀ ਸਾਡੇ ਘਰ ਤੁਸੀਂ ਆਪਾਂ ਕੱਲ੍ਹ ਨੂੰ ਫ੍ਰੀ ਹੈਗੇ ਹਾਂ ਅਤੇ ਤੁਸੀਂ ਇੰਨੇ ਟਾਈਮ 'ਤੇ ਆ ਜਾਓ, ਉਹ ਤੁਹਾਨੂੰ ਸਲੋਟ ਹੀ ਤੁਹਾਡਾ ਫਿਕਸ ਕੀਤਾ ਜਾਏਗਾ ਅਤੇ ਸੇਵਾ ਸਹਾਇਕ ਵੀ ਤੁਹਾਨੂੰ ਉਸੇ ਸਲੋਟ 'ਤੇ ਹੀ ਤੁਹਾਡੇ ਘਰ ਆਉਣਗੇ। ਅਤੇ ਇਹ ਤਾਂ ਗੱਲ ਹੋ ਗਈ ਸਰ ਕਿ ਸਰਵਿਸਿਜ ਦੀ, ਕਿ ਹੈ ਨਾ ਕਿ ਕਿੱਦਾਂ ਸਰਵਿਸ ਦਿੱਤੀ ਜਾਏਗੀ, ਪਰ ਕਿਹੜੀਆਂ ਕਿਹੜੀਆਂ ਸਰਵਿਸਿਜ ਵਿੱਚ ਨੇ ਉਹ ਵੀ ਤੁਸੀਂ ਜ਼ਰੂਰ ਦੱਸ ਦਿਓ। ਇਹ ਤਾਂ ਜਿਹੜੇ ਸਰਕਾਰ ਮਾਨ ਸਰਕਾਰ ਵੱਲੋਂ ਜਿਹੜੀਆਂ ਹਜੇ 43 ਸੇਵਾਵਾਂ ਨੇ ਜਿਹੜੀਆਂ ਪ੍ਰਦਾਨ ਕੀਤੀਆਂ ਗਈਆਂ, ਔਨਲਾਈਨ ਕੀਤੀਆਂ ਗਈਆਂ ਨੇ ਘਰ ਦੇ ਵਿੱਚ ਆ ਕੇ, ਅਤੇ ਉਹਦੇ ਵਿੱਚ ਤੁਹਾਨੂੰ ਜਿੱਦਾਂ ਐਫੀਡੇਵਿਟ ਹੋ ਗਿਆ, ਕਾਊਂਟਰ ਸਾਈਨ ਆਪਣਾ ਸਰਟੀਫਾਈਡ ਕਾਪੀਜ਼ ਹੋ ਗਈਆਂ, ਮੈਰਿਜ ਦੀ ਫਾਈਲਸ ਹੋ ਗਈ, ਬਰਥ ਹੋ ਗਈ, ਡੈਥ ਹੋ ਗਈਆਂ, ਇਹ ਇੱਦਾਂ ਦੀ ਫਾਈਲਸ ਹੈਗੀਆਂ ਨੇ ਜਿਹੜੀਆਂ ਕਿ ਤੁਹਾਨੂੰ ਘਰ ਰੱਖ ਕੇ ਪ੍ਰਵਾਨ ਕੀਤੀਆਂ ਨੇ। ਜੇ ਮੈਂ ਸਰ ਗੱਲ ਕਰਾਂ ਫੀਸ ਦੀ, ਹੁਣ ਇਹਨਾਂ ਦੀ ਜਿਹੜੀ ਫੀਸ ਹੁੰਦੀ ਹੈ ਉਹਦੇ ਤੋਂ ਬਾਅਦ ਜਿਹੜੀ ਡਿਲੀਵਰੀ ਚਾਰਜਸ ਵੀ ਲਿੱਤੇ ਜਾਣਗੇ ਜਿਹੜੀ ਔਨ ਦਾ ਸਪੋਟ ਹੈ? ਨਹੀਂ ਜੀ, ਨਹੀਂ ਨਹੀਂ, ਇਹਦੇ ਵਿੱਚ ਕੀ ਹੈ ਕਿ ਜਿਹਦੇ ਜਿਹੜਾ ਸੇਵਾ ਸਹਾਇਕ ਹੈ ਪਹਿਲਾਂ ਤੁਹਾਡੇ ਘਰ ਆ ਕੇ ਫਾਈਲ ਅਪਲਾਈ ਕਰਨਗੇ, ਜਦੋਂ ਅਪਰੂਵਿੰਗ ਅਥੋਰਿਟੀ ਵੱਲੋਂ ਸਰਟੀਫਿਕੇਟ ਤੁਹਾਡਾ ਜਾਰੀ ਹੋ ਜਾਏਗਾ, ਉਹ ਤੁਹਾਨੂੰ ਤੁਹਾਡੇ ਘਰ ਆ ਕੇ OTP ਦੇ ਨਾਲ ਸਾਂਝਾ ਕਰਕੇ ਤੁਹਾਨੂੰ ਡਿਲੀਵਰੀ ਕੀਤੀ ਜਾਏਗੀ ਇਸ ਚੀਜ਼ ਦੀ। ਜੇ ਮੈਂ ਗੱਲ ਕਰਾਂ ਕਿ ਜੇ ਹੁਣ ਘਰ ਬੈਠੇ ਹੀ ਬੜੀ ਆਸਾਨੀ ਦੇ ਨਾਲ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਏਗੀ? ਜੀ 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 ਜੀ, ਇਹਦੇ ਵਿੱਚ ਇਹੀ ਬੈਨੀਫਿਟ ਹੈ ਕਿ ਤੁਹਾਨੂੰ ਡਾਕੂਮੈਂਟਸ ਰੈਡੀ ਹੋ ਜਾਣਗੇ, ਇੱਕ ਵਾਰੀ ਤੁਹਾਨੂੰ ਕਲੈਰੀਫਿਕੇਸ਼ਨ ਮਿਲ ਜਾਏਗਾ ਕਿ ਹਾਂ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਪਹਿਲਾਂ ਹੀ ਕਲੀਅਰ ਹੋ ਜਾਏਗਾ ਤੇ ਤੁਹਾਡਾ ਟਾਈਮ ਬਚੇਗਾ। ਸਤਿ ਸ਼੍ਰੀ ਅਕਾਲ, ਦ ਸਿਟੀ ਹੈਡਲਾਈਨਸ ਦੇ ਤਮਾਮ ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਹਾਂ। ਕੱਲ੍ਹ ਜੋ 10 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਉਪਰਾਲਾ ਹੋਰ ਕੀਤਾ ਗਿਆ ਹੈ, ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ, ਉਹਦੇ ਉਸੇ ਵਿਸ਼ੇ ਦੇ ਵਿੱਚ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਾਵਾਂਗੇ। ਕੀ ਹੈ ਪੂਰੀ ਇਹ ਸਕੀਮ, ਅਸੀਂ ਤੁਹਾਨੂੰ ਘਰ ਬੈਠੇ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ, ਕਿੱਦਾਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ, ਅੱਜ ਆਪਾਂ ਸਭ ਕੁਝ ਜਾਣਾਂਗੇ। ਸੋ ਸਾਡੇ ਨਾਲ ਮੌਜੂਦ ਨੇ ਡਿਸਟ੍ਰਿਕਟ ਮੈਨੇਜਰ ਜੋ ਕਿ ਸੇਵਾ ਕੇਂਦਰ ਦੇ ਨੇ, ਸੋ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ, ਮੈਂ ਗੱਲ ਕਰਨਾ ਚਾਹੂੰਗੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰਾ ਸਕੀਮ ਦੇ ਬਾਰੇ, ਤੁਸੀਂ ਪਲੀਜ਼ ਜਨਤਾ ਨੂੰ ਜ਼ਰੂਰ ਦੱਸੋ ਜੀ। ਜਿਹੜੀ ਸਰਕਾਰ ਨੇ ਸਕੀਮ ਕੱਲ੍ਹ ਸਟਾਰਟ ਕੀਤੀ ਹੈ 10 ਦਸੰਬਰ 2023 ਨੂੰ, ਮਾਨ ਸਰਕਾਰ ਤੁਹਾਡੇ ਦੁਆਰ, ਇਹਦੇ ਵਿੱਚ ਪਬਲਿਕ ਲਈ ਬਹੁਤ ਵਧੀਆ ਇੱਕ ਸਹੂਲਤ ਪ੍ਰਾਪਤ ਕਰਵਾਈ ਹੈ ਸਰਕਾਰ ਨੇ। ਤੁਸੀਂ ਘਰ ਬੈਠੇ ਹੀ ਹੁਣ ਸਾਰੀ ਸਰਵਿਸ ਦਾ ਆਨੰਦ ਮਾਣ ਸਕਦੇ ਹੋ। ਐਪਲੀਕੈਂਟ ਨੂੰ 1000 ਸ਼ਰਤਾਂ 'ਤੇ ਕਾਲ ਕਰਨੀ ਪਏਗੀ, ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣੀ ਪਏਗੀ। ਅਪਾਇੰਟਮੈਂਟ ਬੁੱਕ ਹੋਣ ਦੇ ਹੀ ਸਾਡੇ ਜਿਹੜੇ ਸੇਵਾ ਸਹਾਇਕ ਨੇ ਤੁਹਾਡੇ ਘਰ ਆਪਣੇ ਸਾਰਾ ਲੈਪਟੋਪ ਵਗੈਰਾ ਲੈ ਕੇ ਤੁਹਾਡੇ ਘਰ ਆ ਕੇ ਹੀ ਫਾਈਲ ਅਪਲਾਈ ਕਰਨਗੇ ਅਤੇ ਫਾਈਲ ਦਾ ਜਿਹੜਾ ਸਾਡਾ ਜਦੋਂ ਤੁਹਾਡੀ ਅਪਰੂਵ ਹੋ ਜਾਏਗੀ ਸਰਟੀਫਿਕੇਟ ਤੁਹਾਨੂੰ ਘਰ ਹੀ ਡਿਲੀਵਰ ਕੀਤੇ ਜਾਣਗੇ। ਸਰ, ਜਿਵੇਂ ਤੁਸੀਂ ਮੈਂਸ਼ਨ ਕੀਤਾ 1076 'ਤੇ ਕਾਲ ਕਰਕੇ ਉਹ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ, ਪਰ ਇੱਕ ਚੀਜ਼ ਹੋਰ ਜੋ ਸੁਣਨ ਦੇ ਵਿੱਚ ਆ ਰਹੀ ਸੀ ਕਿ ਜਦੋਂ ਅਪਾਇੰਟਮੈਂਟ ਬੁੱਕ ਕਰਨੀ ਹੈ ਤੁਸੀਂ ਆਪਣੇ ਕਨਵੀਨੀਅੰਸ 'ਤੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਵਜੇ ਅਵੇਲੇਬਲ? ਜੀ, ਇਹਦੇ ਵਿੱਚ ਇਹੀ ਹੈ ਸਰਕਾਰ ਦਾ ਜਿਹੜਾ ਮੇਨ ਮੁਆਇਨਾ ਸੀਗਾ ਕਿ ਤੁਸੀਂ ਜਦੋਂ ਅਵੇਲੇਬਲ ਹੁੰਦੇ ਹੋ ਕਿ ਤੁਸੀਂ ਅੱਜ ਕਹਿੰਦੇ ਹੋ ਕਿ ਹਾਂਜੀ ਸਾਡੇ ਘਰ ਤੁਸੀਂ ਆਪਾਂ ਕੱਲ੍ਹ ਨੂੰ ਫ੍ਰੀ ਹੈਗੇ ਹਾਂ ਅਤੇ ਤੁਸੀਂ ਇੰਨੇ ਟਾਈਮ 'ਤੇ ਆ ਜਾਓ, ਉਹ ਤੁਹਾਨੂੰ ਸਲੋਟ ਹੀ ਤੁਹਾਡਾ ਫਿਕਸ ਕੀਤਾ ਜਾਏਗਾ ਅਤੇ ਸੇਵਾ ਸਹਾਇਕ ਵੀ ਤੁਹਾਨੂੰ ਉਸੇ ਸਲੋਟ 'ਤੇ ਹੀ ਤੁਹਾਡੇ ਘਰ ਆਉਣਗੇ। ਜੇ ਮੈਂ ਸਲੋਟਸ ਦੀ ਗੱਲ ਕਰਾਂ ਸਰ, ਸਲੋਟਸ ਦੀਆਂ ਟਾਈਮਿੰਗਸ ਵੀ ਹੋਣਗੀਆਂ ਕੁਛ? ਜੀ, ਟਾਈਮਿੰਗਸ ਉਹੀ ਹੈ ਸਾਡੀ, 9 to 5 ਟਾਈਮਿੰਗਸ ਹੈ। 9 to 5 ਟਾਈਮਿੰਗਸ ਦੇ ਵਿੱਚ ਹੀ ਸਰਵਿਸ ਤੁਹਾਨੂੰ ਸਾਰੀ ਪ੍ਰੋਵਾਈਡ ਕੀਤੀ ਹੈਗੀ। ਇੱਕ ਜਿਵੇਂ ਇੱਕ ਹੋਰ ਆਪਾਂ ਕੱਲ੍ਹ ਪ੍ਰੈਸ ਕਾਨਫਰੰਸ ਸੁਣੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਤੁਸੀਂ ਬਾਈ ਚਾਂਸ 6 ਵਜੇ ਤੋਂ ਬਾਅਦ ਘਰ ਆਉਂਦੇ ਹੋ ਤਾਂ 6 ਵਜੇ ਤੋਂ ਬਾਅਦ ਵੀ ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਏਗੀ, ਕਿ ਉਹ ਸਹੀ? ਇਸ ਦੀ ਹਜੇ ਕਨਫਰਮੇਸ਼ਨ ਸਾਨੂੰ ਆ ਜਾਏਗੀ ਜਦੋਂ ਆਪਾਂ ਨੂੰ ਹਜੇ ਜਾਂ ਸਾਨੂੰ ਜੋ ਗਾਈਡਲਾਈਨਸ ਮਿਲਣਗੀਆਂ ਉੱਪਰ ਡਿਪਾਰਟਮੈਂਟ ਤੋਂ, ਅਸੀਂ ਉਸ ਹਿਸਾਬ ਨਾਲ ਹੀ ਸਰਵਿਸਾਂ ਪ੍ਰਦਾਨ ਕਰਾਂਗੇ। ਜੇ ਆਪਾਂ ਗੱਲ ਕਰੀਏ ਅਪਾਇੰਟਮੈਂਟ ਦੀ, ਅਪਾਇੰਟਮੈਂਟ ਕਿੰਨੇ ਦਿਨ ਬਾਅਦ ਦੀ ਮਿਲੇਗੀ? ਅਪਾਇੰਟਮੈਂਟ ਵਿੱਚ ਇੱਦਾਂ ਹੈ ਕਿ ਜਿੱਦਾਂ ਤੁਸੀਂ ਸਪੋਜ਼ ਕਰੋ ਕਿ 1000 ਛੱਤਾਂ 'ਤੇ ਤੁਸੀਂ ਖੁਦ ਕਾਲ ਕੀਤੀ ਹੈ, ਤੁਸੀਂ ਕਿਹਾ ਕਿ ਸਰ ਸਾਡੀ ਬਰਥ ਦੀ ਫਾਈਲ ਲਗਾਈ ਜਾਵੇ, ਬਰਥ ਵਿੱਚ ਜੋ ਦਸਤਾਵੇਜ਼ ਜਿਹੜੇ ਮੈਂਡੇਟਰੀ ਨੇ ਉਹ ਤੁਹਾਨੂੰ ਇੱਕ ਵਾਰੀ ਕੋਲ ਸੈਂਟਰ ਜਿਹੜੇ ਓਪਰੇਟਰ ਬੈਠੇ ਨੇ ਉਹ ਤੁਹਾਨੂੰ ਸਾਰਾ ਦੱਸਣਗੇ ਅਤੇ ਨਾਲ ਤੁਹਾਨੂੰ ਇੱਕ SMS ਰਾਹੀਂ ਤੁਹਾਨੂੰ ਸਾਰਾ ਕੁਝ ਪ੍ਰਾਪਤ ਕੀਤਾ ਦੱਸਿਆ ਜਾਏਗਾ ਕਿ ਇਹ ਸਾਡੇ ਤੁਹਾਨੂੰ ਮੈਂਡੇਟਰੀ ਡਾਕੂਮੈਂਟਸ ਅਰੇਂਜ ਕਰਨੇ ਨੇ। ਜਿੱਦਾਂ ਸਪੋਜ਼ ਕਰ ਲਓ ਕਿ ਫਾਈਲ ਦੇ ਵਿੱਚ ਪਟਵਾਰੀ ਸਾਹਿਬ ਦੇ ਸਾਈਨ ਚਾਹੀਦੇ ਆ ਜਾਂ ਕੁਛ ਵੀ ਚਾਹੀਦਾ, ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ ਜਾਏਗਾ ਕਿ 2 ਦਿਨ ਦੇ ਵਿੱਚ ਟਾਈਮ ਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਸਾਰੇ ਰੈਡੀ ਰੱਖ ਲਓ, ਜਦੋਂ ਸੇਵਾ ਸਹਾਇਕ ਤੁਹਾਡੇ ਘਰ ਆਏ ਤੁਹਾਨੂੰ ਕੋਈ ਫਾਈਲ ਦੇ ਵਿੱਚ ਦਿੱਕਤ ਪਰੇਸ਼ਾਨੀ ਨਾ ਸਾਹਮਣਾ ਕਰਨਾ ਪਵੇ। ਤੇ ਇਹ ਤਾਂ ਗੱਲ ਹੋ ਗਈ ਸਰ ਕਿ ਸਰਵਿਸਿਜ਼ ਦੀ, ਕਿ ਹੈ ਨਾ ਕਿ ਕਿੱਦਾਂ ਸਰਵਿਸ ਦਿੱਤੀ ਜਾਏਗੀ, ਪਰ ਕਿਹੜੀਆਂ ਕਿਹੜੀਆਂ ਸਰਵਿਸਿਜ਼ ਵਿੱਚ ਨੇ ਉਹ ਵੀ ਤੁਸੀਂ ਜ਼ਰੂਰ ਦੱਸੋ। ਇਹ ਹਜੇ ਤਾਂ ਜਿਹੜੇ ਸਰਕਾਰ ਮਾਨ ਸਰਕਾਰ ਵੱਲੋਂ ਜਿਹੜੀਆਂ ਹਜੇ 43 ਸੇਵਾਵਾਂ ਨੇ ਜਿਹੜੀਆਂ ਪ੍ਰਦਾਨ ਕੀਤੀਆਂ ਗਈਆਂ, ਔਨਲਾਈਨ ਕੀਤੀਆਂ ਗਈਆਂ ਨੇ ਘਰ ਦੇ ਵਿੱਚ ਆ ਕੇ, ਅਤੇ ਉਹਦੇ ਵਿੱਚ ਤੁਹਾਨੂੰ ਜਿੱਦਾਂ ਐਫੀਡੇਵਿਟ ਹੋ ਗਿਆ, ਕਾਊਂਟਰ ਸਾਈਨ ਆਪਣਾ ਸਰਟੀਫਾਈਡ ਕਾਪੀਜ਼ ਹੋ
फाइल अप्लाई करेंगे, जदों अप्रूविंग अथॉरिटी वालों सर्टिफिकेट तुहाडा जारी हो जाएगा वो तुहानू तुहाडे घर आके ओटीपी दे नाल सांझा करके तुहानू डिलीवरी की जाएगी। इस चीज़ की मतलब इस चीज़ के जो स्पैशल वो घर आ रहे हैं तो वो कोई चार्जिस नहीं लेते जाने, जिहड़े चार्जिस ने 120 रुपए जिहड़े सरकार वालों रखे गए हैं, तो जिहड़े फैसिलिटेशन चार्जिस ने जिहड़े सर्विस दे चार्जिस ने वो आ गए हैं। जे मैं गल करा कि जे हुण घर बैठे ही बड़ी आसानी दे नाल लाइनां दे विच लगण दी जरूरत नहीं पएगी, जी 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 जी, इहदे विच इही बेनीफिट है कि तुहानू डॉक्यूमेंट्स रेडी हो जाणगे, इक वारी तुहानू क्लेरिफिकेशन मिल जाएगा कि हाँ भी सानू आह चीज़ चाहीदी है, पहलां ही क्लीयर हो जाएगा तो तुहाडा टाइम बचेगा। इहदे विच असीं भी 1076 ते कॉल कीती सी, असीं भी इनफॉर्मेशन सारी लई है, उत्ते ऑप्शन इदां दी आंदी है कि हाँ तां तुसीं इनफॉर्मेशन लैणी है तां अलग इक ऑप्शन आंदी है, अपॉइंटमेंट बुक करनी है तां अलग आंदी है, सारीआं डिटेल्स इह सारी डिटेल्स उहदे विच नाल हैगीआं ने। सो ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਹੁਣ ਫਾਇਦਾ ਲੈਣਾ ਚਾਹੀਦਾ ਹੈ, ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਉਪਰਾਲੇ ਕਰਦੀ ਹੋਈ ਨਜ਼ਰ ਆ ਰਹੀ ਹੈ, ਹੁਣ ਤੁਸੀਂ ਵੀ ਘਰ ਬੈਠੇ ਆਪਣੇ ਡਾਕੂਮੈਂਟਸ ਨੂੰ ਅਪਲਾਈ ਕਰ ਸਕਦੇ ਹੋ। 43 ਤੋਂ ਵੀ ਜ਼ਿਆਦਾ ਸਰਵਿਸਿਜ਼ ਇਸ ਦੇ ਵਿੱਚ ਇਨਕਲੂਡਿਡ ਨੇ, ਤੁਸੀਂ ਜਸਟ ਕਰਨਾ ਕੀ ਹੈ 1076 ਤੇ ਕਾਲ ਕਰਨੀ ਹੈ ਤੇ ਆਪਣੀ ਅਪਾਇੰਟਮੈਂਟ ਬੁੱਕ ਕਰਨੀ ਹੈ, ਤੇ ਘਰ ਆ ਕੇ ਹੀ ਤੁਹਾਡੀ ਸਾਰੀ ਸਰਵਿਸ ਨੂੰ ਪੂਰਾ ਕੀਤਾ ਜਾਏਗਾ, ਸਾਰੀ ਸਰਵਿਸ ਤੁਹਾਨੂੰ ਦਿੱਤੀ ਜਾਏਗੀ ਤੇ ਤੁਹਾਨੂੰ ਤੁਹਾਡੇ ਡਾਕੂਮੈਂਟਸ ਨੂੰ ਵੀ ਪੂਰਾ ਕਰਵਾਇਆ ਦਿੱਤਾ ਜਾਏਗਾ। ਸੋ ਇਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਦਮਨਜੋਤ, ਕੈਮਰਾਮੈਨ ਪ੍ਰਿੰਸ ਦੇ ਨਾਲ।